दुबई विच अजनाला दे नौजवान लखवीर दी हुई मौत तो बाद हस्पताल ने 15 लाख रुपए दी रकम ना देण कारण मृतक शरीर देण तो मना कर दिता सी, जिस दे चलदियां सरबत दा भला चैरिटेबल ट्रस्ट वल्लों उक्त हस्पताल नाल गलबात करके रकम अदा कर दिती गई है। पटियाला विच सरबत दा भला चैरिटेबल ट्रस्ट दे MD डॉक्टर SP सिंह ओब्राई ने दस्सिया कि लगभग 4 लाख रुपए हस्पताल नूं अदा करन तो बाद मृतक शरीर नूं मुक्त करवाया गया है। जिक्रयोग है कि 26 मई नूं खुद सरबत दा भला ट्रस्ट दे डायरेक्टर SP सिंह ओब्राई लखवीर दी बाड़ी नूं लैके भारत आउणगे। ਕੱਲ੍ਹ ਤੱਕ ਜਿਹੜਾ ਸੀ ਕਿ ਉਹ ਥੋੜ੍ਹਾ ਜਿਹਾ ਘਟਾ ਕੇ ਉਹ ਆ ਗਏ ਸੀ 14 ਲੱਖ 'ਤੇ ਆ ਗਏ ਸੀ, ਅਤੇ ਉਦੋਂ ਫਿਰ 4 ਲੱਖ ਰੁਪਏ ਦਾ ਮੈਂ ਪ੍ਰੋਮਿਸ ਕੀਤਾ ਸੀ ਕਿ 4 ਲੱਖ ਰੁਪਏ ਮੈਂ ਟਰੱਸਟ ਉਹਨਾਂ ਦਿਆਂਗਾ, ਅਤੇ ਬਾਕੀ ਮੈਂ ਅਪੀਲ ਕੀਤੀ ਸੀ ਕਿ ਬੜੇ ਅੱਛੇ ਅੱਛੇ ਤੇ ਪੋਲੀਟੀਸ਼ੀਅਨ ਬੈਠੇ ਨੇ, ਅੱਛੇ ਬਿਜ਼ਨਸਮੈਨ ਬੈਠੇ ਨੇ, ਕਿ ਕਿਉਂਕਿ ਘਰਦਿਆਂ ਦੀ ਹਾਲਤ ਬੜੀ ਖਰਾਬ ਹੈ, ਉਹ ਤਾਂ 10 ਰੁਪਏ ਵੀ ਨਹੀਂ ਦੇ ਸਕਦੇ, ਲੇਕਿਨ ਮੈਂ ਇਹ ਅਪੀਲ ਕੀਤੀ ਸੀ ਕਿ ਥੋੜ੍ਹੇ ਬਹੁਤ ਪੈਸੇ ਇਕੱਠੇ ਕਰੋ, 1-2 ਲੱਖ ਰੁਪਏ, ਅਤੇ ਇੱਥੋਂ ਅਸੀਂ ਡਾਇਰੈਕਟ ਜਿਹੜਾ ਡਰਾਫਟ ਹੈਗਾ ਉਹ ਅਸੀਂ ਜਾਂ RTGS ਕਰਾਉਣੀ, ਅਸੀਂ ਹੋਸਪਿਟਲ ਨਾਂ ਦੀ ਕਰਾ ਦਿਆਂਗੇ। ਲੇਕਿਨ ਅੱਜ ਫਿਰ ਸਾਡੀ ਟੀਮ ਉੱਥੇ ਗਈ, ਅਸੀਂ ਅਪਰੋਚ ਲਾਈ, ਉਹਨਾਂ ਨਾਲ ਨੈਗੋਸ਼ੀਏਸ਼ਨ ਕੀਤੀ, ਨੈਗੋਸ਼ੀਏਸ਼ਨ ਕਰਕੇ ਸਾਡਾ ਇਹ 4 ਲੱਖ ਰੁਪਇਆ ਇਹਦਾ, 4.25 ਲੱਖ ਰੁਪਇਆ, ਅਤੇ 1 ਲੱਖ ਰੁਪਇਆ ਜਿਹੜਾ ਉਹ ਡੈੱਡ ਬੋਡੀ ਲੈਣ ਦਾ ਸਾਰਾ ਖਰਚਾ ਹੋਣਾ, ਸੋ ਟੋਟਲ 5 ਲੱਖ ਦਾ ਖਰਚਾ ਸੀਗਾ। ਸੋ ਅੱਜ ਜਿਹੜੇ ਸਾਰੇ ਪੈਸੇ ਅਸੀਂ ਹੋਸਪਿਟਲ ਜਮ੍ਹਾਂ ਕਰਾ ਦਿੱਤੇ ਨੇ, ਅਤੇ ਮੇਰਾ ਜਿਹੜਾ PR ਉਹ ਹੈਗਾ ਮੁੰਡਾ ਬਲਦੀਪ ਸਿੰਘ, ਉਹ ਅੱਜ ਉੱਥੋਂ ਕਲੀਅਰੈਂਸ ਲੈ ਕੇ ਹੁਣ ਪੁਲਿਸ ਸਟੇਸ਼ਨ ਚਲਾ ਗਿਆ, ਉੱਥੋਂ ਕਲੀਅਰੈਂਸ ਸਰਟੀਫਿਕੇਟ ਸਾਨੂੰ ਮਿਲਣਾ। ਇਹ ਥੋੜ੍ਹਾ ਜਿਹਾ ਪ੍ਰੋਸੈਸ ਹੈਗਾ 3-4 ਦਿਨ ਦਾ, ਸੋ ਇਹ ਕਰਨ ਤੋਂ ਬਾਅਦ ਕਿਉਂਕਿ ਪੇਮੈਂਟ ਹੋ ਚੁੱਕੀ ਹੈ, ਬਾਕੀ ਇਹਦਾ ਪ੍ਰੋਸੈਸ ਕਰਕੇ ਫਿਰ ਡੈੱਡ ਬੋਡੀ ਆਪਾਂ ਜਿਹੜੀ ਹੈ, ਉਮੀਦ ਹੈ ਮੈਨੂੰ ਕਿ ਮੈਂ 24 ਤਰੀਕ ਜਾ ਰਿਹਾ, 25 ਨੂੰ ਮੇਰੀ ਡੇਟ ਹੈਗੀ, ਜਿਹੜੇ 10 ਬੰਦੇ ਦੀ ਫਾਂਸੀ ਦੀ ਮਾਫ ਸੀ ਨਾ ਸਜ਼ਾ, ਉਹਦੀ 25 ਡੇਟ ਹੈ, ਸੋ ਉਹ 25 ਡੇਟ ਮੈਂ ਕਰਕੇ ਅਤੇ 25 ਰਾਤ ਨੂੰ ਜਿਹੜੀ ਡੈੱਡ ਬੋਡੀ ਲੈ ਕੇ ਜਾਵਾਂ, 26 ਸਵੇਰੇ ਡੈੱਡ ਬੋਡੀ ਲੈ ਕੇ ਫਿਰ ਮੈਂ ਇੱਧਰ ਅੰਮ੍ਰਿਤਸਰ ਉਤਰਾਂਗਾ, ਉੱਥੋਂ ਅਜਨਾਲੇ ਉਹਨਾਂ ਦੇ ਪਿੰਡ ਜਾ ਕੇ ਫਿਰ ਉਹਦਾ ਸੰਸਕਾਰ ਕੀਤਾ ਜਾਏਗਾ। ਸੋ ਇੱਥੇ ਮੈਂ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਸਾਨੂੰ ਹੁਣ ਪੈਸਾ ਨਹੀਂ ਚਾਹੀਦਾ, ਕਿਉਂ ਪੈਸੇ ਜਿੰਨੀ ਪੇਮੈਂਟਾਂ ਸੀਗੀਆਂ ਡਿਊ ਅਸੀਂ ਹੋਸਪਿਟਲ ਸਾਰੀਆਂ ਕਲੀਅਰ ਕਰ ਦਿੱਤੀਆਂ ਨੇ, ਕਿਉਂਕਿ ਮੈਂ TV 'ਤੇ ਦੇਖਿਆ ਜਿਹੜੀਆਂ ਨਾ ਫੱਟੀ ਚੱਲ ਰਹੀ ਸੀ ਕਿ ਪੈਸੇ ਦੀ ਲੋੜ ਹੈ, ਅਤੇ ਔਰ ਟੈਲੀਫੋਨ ਨੰਬਰ ਦਿੱਤੇ ਹੋਏ ਸੀ, ਸੋ ਹੁਣ ਕਿਸੇ ਪੈਸੇ ਦੀ ਲੋੜ ਨਹੀਂ ਹੈ, ਕੋਈ ਬੰਦਾ ਪੈਸਾ ਨਾ ਦੇਵੇ ਡਾਇਰੈਕਟ ਕਿਸੇ ਨੂੰ ਵੀ, ਕਿਉਂਕਿ ਸਾਰਾ ਜਿਹੜਾ ਇਹ ਅਸੀਂ ਕਲੀਅਰ ਸਰਬਤ ਦੇ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਲੀਅਰ ਕਰ ਦਿੱਤਾ ਗਿਆ।